ਹਾਂਜੀ ਸਰ, ਆਪਣਾ ਨਾਮ ਦੱਸ ਕੇ ਔਰ ਅੱਜ ਕੀ ਉਪਰਾਲਾ ਕੀਤਾ ਗਿਆ ਜਿਹਦੇ ਕਾਰਨ ਤੁਸੀਂ ਅੱਜ ਜਲੇਬੀਆਂ ਵੰਡ ਰਹੇ ਹੋ? ਮੇਰਾ ਨਾਮ ਜੀ ਰਮਨ ਕੁਮਾਰ ਛਿਆੜਾ, ਪੰਜਾਬ ਸੈਕਟਰੀ ਭਾਰਤੀ ਜਨਤਾ ਪਾਰਟੀ ਵਪਾਰ ਸੈੱਲ। ਅੱਜ ਜੀ ਹਰਿਆਣਾ ਦੇ ਵਿੱਚ ਜਿਹੜੀ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਵਧੀਆ ਜਿੱਤ ਜਿਹੜੀ ਸਾਹਮਣੇ ਆਈ ਆ, ਕਿਉਂਕਿ ਸਾਰੀ ਕਾਂਗਰਸ ਪਾਰਟੀ ਨੇ ਇਹ ਅਫਵਾਹ ਫੈਲਾਈ ਹੋਈ ਕਿ ਭਾਰਤੀ ਜਨਤਾ ਪਾਰਟੀ ਤੀਜੀ ਵਾਰੀ ਹਰਿਆਣਾ ਵਿੱਚ ਹਾਰਦੀ ਪਈ ਹੈ ਅਤੇ ਕਾਂਗਰਸ ਸਰਕਾਰ ਬਣਦੀ ਪਈ ਆ। ਰਾਹੁਲ ਗਾਂਧੀ ਨੇ ਜਿਹੜੀ ਫੈਕਟਰੀ ਚਾਲੂ ਕਰਨ ਦੀ ਗੱਲ ਕੀਤੀ ਆ ਕਿ ਚਾਲੂ ਕਰਨੀ ਫੈਕਟਰੀ ਜਲੇਬੀਆਂ ਦੀ, ਅਸੀਂ ਉਹ ਜਲੇਬੀਆਂ ਦੀ ਫੈਕਟਰੀ ਜਿਹੜੀ ਆ ਉਹ ਫੈਕਟਰੀ ਤੋਂ ਜਲੇਬੀਆਂ ਕੱਢ ਕੇ ਅਸੀਂ ਇੱਥੇ ਲੈ ਆਏ ਅੱਜ, ਉਹ ਭਾਰਤੀ ਜਨਤਾ ਪਾਰਟੀ ਜਿੱਤੇਗੀ ਅਤੇ ਜਲੇਬੀਆਂ ਅਸੀਂ ਸਾਰੇ ਲੋਕਾਂ ਨੂੰ, ਦੇਸ਼ ਦੇ ਲੋਕਾਂ ਨੂੰ, ਜੇ ਤੁਹਾਡੀ ਹਰਿਆਣੇ 'ਚ ਹੋਈ ਆ ਜਲੇਬੀਆਂ ਅਸੀਂ ਅੰਮ੍ਰਿਤਸਰ ਸ਼ਹਿਰ 'ਚ ਛਿਆੜੇ ਵਿੱਚ ਖਵਾਉਂਦੇ ਪਏ ਹਾਂ, ਪੰਜਾਬ 'ਚ ਖਵਾਉਂਦੇ ਪਏ ਹਾਂ, ਕਿਉਂਕਿ ਭਾਰਤੀ ਜਨਤਾ ਪਾਰਟੀ ਨੇ 10 ਸਾਲ ਕੰਮ ਕੀਤਾ ਵਾ ਹਰਿਆਣੇ ਦੇ ਵਿੱਚ, ਸੈਣੀ ਸਰਕਾਰ ਨੇ, ਖੱਟਰ ਸਰਕਾਰ ਨੇ, ਉਹ ਲੋਕਾਂ ਦੇ ਦਿਲ 'ਚ ਬੈਠਾ ਹੋਇਆ ਵਾ। ਜਿੰਨਾ ਮਰਜ਼ੀ ਝੂਠ ਕਾਂਗਰਸ ਮਾਰ ਲਏ, ਜਿੰਨਾ ਮਰਜ਼ੀ ਝੂਠ ਰਾਹੁਲ ਗਾਂਧੀ ਮਾਰ ਲਏ, ਹੁੱਡਾ ਮਾਰ ਲਏ, ਉਹ ਝੂਠ ਲੋਕਾਂ ਤੱਕ ਨਹੀਂ ਜਾਣਾ। ਲੋਕਾਂ ਤੱਕ ਕੀ ਜਾਣਾ ਵਾ? ਭਾਰਤੀ ਜਨਤਾ ਪਾਰਟੀ ਦਾ ਕੰਮ, ਜਿਹੜਾ ਕਿ ਲੋਕਾਂ ਨੇ ਵੇਖ ਕੇ ਕੰਮ, ਸਾਨੂੰ ਵੋਟਾਂ ਪਾਈਆਂ ਵਾ ਅਤੇ ਭਾਰਤੀ ਜਨਤਾ ਪਾਰਟੀ ਨੂੰ ਜਿਹੜੀ ਵਧੀਆ ਜਿੱਤ ਜਿਹੜੀ ਆ ਉਹ ਹਰਿਆਣਾ ਵਿੱਚ ਮਿਲੀ ਆ। ਜਿਹੜਾ ਜਿਹੜੀ ਗੱਲ ਕੀਤੀ ਸੀ ਕੇਜਰੀਵਾਲ ਨੇ ਕਿ ਅਸੀਂ ਜੀ ਸਾਡੇ ਤੋਂ ਬਗੈਰ ਜਿਹੜੀ ਸਰਕਾਰ ਆ ਉਹ ਹਰਿਆਣੇ 'ਚ ਬਣ ਨਹੀਂ ਸਕਦੀ, ਕੇਜਰੀਵਾਲ ਨੂੰ ਮਿਲਿਆ ਵਾ ਆਂਡਾ, ਆਂਡਾ ਹੀ ਖਵਾ ਨਹੀਂ ਸਕਦੇ, ਨਰਾਤੇ ਚੱਲਦੇ ਪਏ ਆ, ਇਹ ਤਾਂ ਲੋਕਾਂ ਨੂੰ ਆਂਡੇ ਵੀ ਖਵਾਉਣੇ ਸੀ ਅੱਜ। ਕੀ ਕਹਿਣਾ ਚਾਹੋਗੇ ਪਹਿਲਾਂ ਜਦੋਂ ਹਰਿਆਣੇ ਦੇ ਵਿੱਚ ਜਦੋਂ ਪਹਿਲਾਂ ਰੁਝਾਨ ਆਇਆ ਸੀਗੇ ਉਹ ਕਾਂਗਰਸ ਦੇ ਹੱਕ 'ਚ, 11 ਵਜੇ ਤੋਂ ਬਾਅਦ ਜਿਹੜੀ ਸਾਰੀ ਸਥਿਤੀ ਬਦਲ ਗਈ, ਉਹ ਸਾਰੀ ਬੀਜੇਪੀ ਦੇ ਰੁਝਾਨ, ਜਦੋਂ ਆਪਾਂ ਅੱਧੇ ਘੰਟੇ ਰੁਝਾਨ ਵੇਖਦੇ ਹਾਂ ਉਹ ਰੁਝਾਨ ਸਹੀ ਨਹੀਂ ਹੁੰਦੇ, ਰੁਝਾਨ ਸਹੀ ਮੈਂ 10 ਵਜੇ 10:30 11 ਵਜੇ 12 ਵਜੇ ਤੱਕ ਰੁਝਾਨ ਪੂਰੇ ਸਹੀ ਤਰੀਕੇ ਨਾਲ ਆਉਂਦੇ ਆ, ਪਤਾ ਲੱਗ ਜਾਂਦਾ ਕਿ ਇੰਨੇ ਡੱਬੇ ਖੁੱਲ ਚੁੱਕੇ ਆ, ਇੰਨੀਆਂ ਜਿਹੜੀਆਂ ਹੈਗੀਆਂ ਵਾ, ਸਿਸਟਮ ਚੱਲਦਾ ਪਿਆ ਵਾ, ਅਤੇ ਹੁਣ ਅਸੀਂ ਇਸ ਸਟੇਜ 'ਤੇ ਆ ਗਏ ਕਿ ਅਸੀਂ ਹੁਣ ਹਾਰ ਨਹੀਂ ਸਕਦੇ। ਹੁਣ ਸਾਡੀਆਂ 50 ਤੋਂ 52 ਸੀਟਾਂ ਆਉਂਦੀਆਂ ਪਈਆਂ ਵਾ, ਹੁਣ ਅਸੀਂ ਜਿੱਤ ਦੀ ਔਰ ਹੀ ਅਗਰਸਰ ਹੈਗੇ, ਅਸੀਂ ਹਾਰ ਨਹੀਂ ਸਕਦੇ। ਪਰ ਜਿਹੜੇ ਜਲੇਬੀਆਂ ਜਿਹੜੀਆਂ ਵੰਡਤੀਆਂ ਕਾਂਗਰਸ ਨੇ ਸਵੇਰੇ ਹੀ 10:30 ਵੰਡਦੀਆਂ, ਉਹ ਉਹਨਾਂ ਦਾ ਅਤੀ ਉਤਸ਼ਾਹ ਹੈਗਾ ਸੀ, ਜਿਹੜਾ ਕਿ ਖਰਾਬ ਹੋ ਗਿਆ, ਗਲਤ ਹੋ ਗਿਆ, ਜਿਹੜਾ ਕਿ ਜਲੇਬੀ ਰਾਹੁਲ ਗਾਂਧੀ ਦੇ ਮੂੰਹ 'ਚ ਖੋ ਕੇ ਜਿਹੜੀ ਆ ਉਹ ਬੀਜੇਪੀ ਦੇ ਲੋਕਾਂ ਦੇ ਮੂੰਹ 'ਚ ਪੈ ਗਈ। ਔਰ ਅੱਜ ਜਿਹੜੀ ਆ ਤੁਸੀਂ ਜਲੇਬੀਆਂ ਖਵਾ ਰਹੇ, ਕਿਹੜੀ ਜਗ੍ਹਾ ਖਵਾ ਰਹੇ ਜੀ ਅੱਜ? ਅਸੀਂ ਇੱਥੇ ਛਿਆੜੇ ਖੜੇ ਹਾਂ, ਛਿਆੜੇ ਚੌਂਕ ਦੇ ਵਿੱਚ, ਅੰਮ੍ਰਿਤਸਰ ਦੇ ਵਿੱਚ, ਪੰਜਾਬ ਦੇ ਵਿੱਚ, ਪੂਰੇ ਦੇਸ਼ ਦੇ ਵਿੱਚ ਅੱਜ ਜਸ਼ਨ ਮਨਾਇਆ ਜਾ ਰਿਹਾ ਵਾ। ਸਾਨੂੰ ਉਮੀਦ ਆ ਕਿ ਅਸੀਂ ਸਾਰੇ ਦੇਸ਼ ਵਿੱਚ, ਮਹਾਰਾਸ਼ਟਰ 'ਚ ਜਿੱਤਾਂਗੇ ਅਤੇ ਸਾਰੇ ਦੇਸ਼ ਵਿੱਚ ਸਾਡੀਆਂ ਸਰਕਾਰਾਂ ਬਣਨਗੀਆਂ। ਹਾਂਜੀ ਸਰ, ਆਪਣਾ ਨਾਮ ਦੱਸ ਕੇ ਔਰ ਅੱਜ ਕੀ ਉਪਰਾਲਾ ਕੀਤਾ ਗਿਆ ਜਿਹਦੇ ਕਾਰਨ ਤੁਸੀਂ ਅੱਜ ਜਲੇਬੀਆਂ ਵੰਡ ਰਹੇ ਹੋ? ਮੇਰਾ ਨਾਮ ਜੀ ਰਮਨ ਕੁਮਾਰ ਛਿਆੜਾ, ਪੰਜਾਬ ਸੈਕਟਰੀ ਭਾਰਤੀ ਜਨਤਾ ਪਾਰਟੀ ਵਪਾਰ ਸੈੱਲ। ਅੱਜ ਜੀ ਹਰਿਆਣਾ ਦੇ ਵਿੱਚ ਜਿਹੜੀ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਵਧੀਆ ਜਿੱਤ ਜਿਹੜੀ ਸਾਹਮਣੇ ਆਈ ਆ, ਕਿਉਂਕਿ ਸਾਰੀ ਕਾਂਗਰਸ ਪਾਰਟੀ ਨੇ ਇਹ ਅਫਵਾਹ ਫੈਲਾਈ ਹੋਈ ਕਿ ਭਾਰਤੀ ਜਨਤਾ ਪਾਰਟੀ ਤੀਜੀ ਵਾਰੀ ਹਰਿਆਣਾ ਵਿੱਚ ਹਾਰਦੀ ਪਈ ਹੈ ਅਤੇ ਕਾਂਗਰਸ ਸਰਕਾਰ ਬਣਦੀ ਪਈ ਆ। ਰਾਹੁਲ ਗਾਂਧੀ ਨੇ ਜਿਹੜੀ ਫੈਕਟਰੀ ਚਾਲੂ ਕਰਨ ਦੀ ਗੱਲ ਕੀਤੀ ਆ ਕਿ ਚਾਲੂ ਕਰਨੀ ਫੈਕਟਰੀ ਜਲੇਬੀਆਂ ਦੀ, ਅਸੀਂ ਉਹ ਜਲੇਬੀਆਂ ਦੀ ਫੈਕਟਰੀ ਜਿਹੜੀ ਆ ਉਹ ਫੈਕਟਰੀ ਤੋਂ ਜਲੇਬੀਆਂ ਕੱਢ ਕੇ ਅਸੀਂ ਇੱਥੇ ਲੈ ਆਏ ਅੱਜ, ਉਹ ਭਾਰਤੀ ਜਨਤਾ ਪਾਰਟੀ ਜਿੱਤੇਗੀ ਅਤੇ ਜਲੇਬੀਆਂ ਅਸੀਂ ਸਾਰੇ ਲੋਕਾਂ ਨੂੰ, ਦੇਸ਼ ਦੇ ਲੋਕਾਂ ਨੂੰ, ਜੇ ਤੁਹਾਡੀ ਹਰਿਆਣੇ 'ਚ ਹੋਈ ਆ ਜਲੇਬੀਆਂ ਅਸੀਂ ਅੰਮ੍ਰਿਤਸਰ ਸ਼ਹਿਰ 'ਚ ਛਿਆੜੇ ਵਿੱਚ ਖਵਾਉਂਦੇ ਪਏ ਹਾਂ, ਪੰਜਾਬ 'ਚ ਖਵਾਉਂਦੇ ਪਏ ਹਾਂ, ਕਿਉਂਕਿ ਭਾਰਤੀ ਜਨਤਾ ਪਾਰਟੀ ਨੇ 10 ਸਾਲ ਕੰਮ ਕੀਤਾ ਵਾ ਹਰਿਆਣੇ ਦੇ ਵਿੱਚ,
ਸੈਣੀ ਸਰਕਾਰ ਨੇ, ਖੱਟਰ ਸਰਕਾਰ ਨੇ, ਉਹ ਲੋਕਾਂ ਦੇ ਦਿਲ 'ਚ ਬੈਠਾ ਹੋਇਆ ਵਾ। ਜਿੰਨਾ ਮਰਜ਼ੀ ਝੂਠ ਕਾਂਗਰਸ ਮਾਰ ਲਏ, ਜਿੰਨਾ ਮਰਜ਼ੀ ਝੂਠ ਰਾਹੁਲ ਗਾਂਧੀ ਮਾਰ ਲਏ, ਹੁੱਡਾ ਮਾਰ ਲਏ, ਉਹ ਝੂਠ ਲੋਕਾਂ ਤੱਕ ਨਹੀਂ ਜਾਣਾ। ਲੋਕਾਂ ਤੱਕ ਕੀ ਜਾਣਾ ਵਾ? ਭਾਰਤੀ ਜਨਤਾ ਪਾਰਟੀ ਦਾ ਕੰਮ, ਜਿਹੜਾ ਕਿ ਲੋਕਾਂ ਨੇ ਵੇਖ ਕੇ ਕੰਮ, ਸਾਨੂੰ ਵੋਟਾਂ ਪਾਈਆਂ ਵਾ, ਅਤੇ ਭਾਰਤੀ ਜਨਤਾ ਪਾਰਟੀ ਨੂੰ ਜਿਹੜੀ ਵਧੀਆ ਜਿੱਤ ਜਿਹੜੀ ਆ ਉਹ ਹਰਿਆਣਾ ਵਿੱਚ ਮਿਲੀ ਆ। ਜਿਹੜਾ ਜਿਹੜੀ ਗੱਲ ਕੀਤੀ ਸੀ ਕੇਜਰੀਵਾਲ ਨੇ ਕਿ ਹਾਂ ਜੀ ਸਾਡੇ ਤੋਂ ਬਗੈਰ ਜਿਹੜੀ ਸਰਕਾਰ ਆ ਉਹ ਹਰਿਆਣੇ 'ਚ ਬਣ ਨਹੀਂ ਸਕਦੀ। ਕੇਜਰੀਵਾਲ ਨੂੰ ਮਿਲਿਆ ਵਾ ਆਂਡਾ, ਆਂਡਾ ਹੀ ਖਵਾ ਨਹੀਂ ਸਕਦੇ, ਨਰਾਤੇ ਚੱਲਦੇ ਪਏ ਆ, ਇਹ ਤਾਂ ਲੋਕਾਂ ਨੂੰ ਆਂਡੇ ਵੀ ਖਵਾਉਣੇ ਸੀ ਅੱਜ। ਕੀ ਕਹਿਣਾ ਚਾਹੋਗੇ ਪਹਿਲਾਂ ਜਦੋਂ ਹਰਿਆਣੇ ਦੇ ਵਿੱਚ ਜਦੋਂ ਪਹਿਲਾ ਰੁਝਾਨ ਆਇਆ ਸੀਗੇ ਉਹ ਕਾਂਗਰਸ ਦੇ ਹੱਕ 'ਚ, 11 ਵਜੇ ਤੋਂ ਬਾਅਦ ਜਿਹੜੀ ਸਾਰੀ ਸਥਿਤੀ ਬਦਲ ਗਈ ਉਹ ਸਾਰੀ ਬੀਜੇਪੀ ਦੇ ਰੁਝਾਨ? ਜਦੋਂ ਆਪਾਂ ਅੱਧੇ ਘੰਟੇ ਰੁਝਾਨ ਵੇਖਦੇ ਹਾਂ ਉਹ ਰੁਝਾਨ ਸਹੀ ਨਹੀਂ ਹੁੰਦੇ। ਰੁਝਾਨ ਸਹੀ ਮੈਂ 10 ਵਜੇ, 10:30, 11, 12:30 ਬਾਰਾਂ ਵਜੇ ਤੱਕ ਰੁਝਾਨ ਪੂਰੇ ਸਹੀ ਤਰੀਕੇ ਨਾਲ ਆਉਂਦੇ ਆ, ਪਤਾ ਲੱਗ ਜਾਂਦਾ ਕਿ ਇੰਨੇ ਡੱਬੇ ਖੁੱਲ ਚੁੱਕੇ ਆ, ਇੰਨੀਆਂ ਗਲੀਆਂ ਗਈਆਂ ਵਾ, ਸਿਸਟਮ ਚੱਲਦਾ ਪਿਆ ਵਾ, ਅਤੇ ਹੁਣ ਅਸੀਂ ਇਸ ਸਟੇਜ 'ਤੇ ਆ ਗਏ ਕਿ ਅਸੀਂ ਹੁਣ ਹਾਰ ਨਹੀਂ ਸਕਦੇ। ਹੁਣ ਸਾਡੀਆਂ 50 ਤੋਂ 52 ਸੀਟਾਂ ਆਉਂਦੀਆਂ ਪਈਆਂ ਵਾ, ਹੁਣ ਅਸੀਂ ਜਿੱਤ ਦੀ ਔਰ ਹੀ ਅਗਰਸਰ ਹੈਗੇ, ਅਸੀਂ ਹਾਰ ਨਹੀਂ ਸਕਦੇ। ਪਰ ਜਿਹੜੇ ਜਲੇਬੀਆਂ ਜਿਹੜੀਆਂ ਵੰਡਤੀਆਂ ਕਾਂਗਰਸ ਨੇ ਸਵੇਰੇ ਹੀ 10:30 ਵੰਡਦੀਆਂ, ਉਹ ਉਹਨਾਂ ਦਾ ਅਤੀ ਉਤਸ਼ਾਹ ਹੈਗਾ ਸੀ, ਜਿਹੜਾ ਕਿ ਖਰਾਬ ਹੋ ਗਿਆ, ਗਲਤ ਹੋ ਗਿਆ, ਜਿਹੜਾ ਕਿ ਜਲੇਬੀ ਰਾਹੁਲ ਗਾਂਧੀ ਦੇ ਮੂੰਹ 'ਚ ਖੋ ਕੇ ਜਿਹੜੀ ਆ ਉਹ ਬੀਜੇਪੀ ਦੇ ਲੋਕਾਂ ਦੇ ਮੂੰਹ 'ਚ ਪੈ ਗਈ। ਔਰ ਅੱਜ ਜਿਹੜੀ ਆ ਤੁਸੀਂ ਇਹ ਜਲੇਬੀਆਂ ਖਵਾ ਰਹੇ, ਕਿਹੜੀ ਜਗ੍ਹਾ ਖਵਾ ਰਹੇ ਜੀ ਅੱਜ? ਅਸੀਂ ਇੱਥੇ ਛਿਆਡੇ ਖੜ੍ਹੇ ਹਾਂ, ਛਿਆਡੇ ਚੌਂਕ ਦੇ ਵਿੱਚ, ਅੰਮ੍ਰਿਤਸਰ ਦੇ ਵਿੱਚ, ਪੰਜਾਬ ਦੇ ਵਿੱਚ, ਪੂਰੇ ਦੇਸ਼ ਦੇ ਵਿੱਚ ਅੱਜ ਜਸ਼ਨ ਮਨਾਇਆ ਜਾ ਰਿਹਾ ਵਾ। ਸਾਨੂੰ ਉਮੀਦ ਆ ਕਿ ਅਸੀਂ ਸਾਰੇ ਦੇਸ਼ ਵਿੱਚ, ਮਹਾਰਾਸ਼ਟਰ ਜਿੱਤਾਂਗੇ ਅਤੇ ਸਾਰੇ ਦੇਸ਼ ਵਿੱਚ ਸਾਡੀਆਂ ਸਰਕਾਰਾਂ ਬਣਨਗੀਆਂ।